ਹਾਂਜੀ ਕਿੱਦਾਂ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਆ ਮਜੈ ਚੈਲੰਜ ਜੋ ਅਸੀਂ ਪਾਇਆ ਸੀ ਮੈਂ ਤੇ ਮੇਰੇ ਬ੍ਰਦਰ ਨੇ ਇੰਸਟਾਗ੍ਰam ਤੇ ਟਿਕਟੌਕ ਤੇ ਜੱਟਾਂ ਨਾਲ ਭੱਜ ਨਹੀਂ ਹੋਣਾ ਅਸੀਂ ਪਿੱਤਲ ਨਾ ਕਈਆਂ ਦੀਆਂ ਹਿੱਕਾਂ ਖੋਲੀਆਂ ਹੋ ਚੜਦਾ ਗਰਾਵ ਸਿਖਰਾਂ ਦੇ ਵੱਲ ਨੂੰ ਵੇਖ ਵੇਖ ਦੁਨੀਆ ਨਾਲ ਆਉਣੀ ਕੱਟਣਗੇ ਗਾਲਾਂ ਕਈ ਲਾਉਣਗੇ ਸਕੀਮਾਂ ਪਰ ਸਾਡੇ ਵਾਲੀ ਵੇਵ ਤੇਥੋਂ ਰਾਈਡ ਨਹੀਂ ਹੋਣੀ ਸਾਨੂੰ ਕਿਸੇ ਦਾ ਨਹੀਂ ਭਾ ਸਾਡਾ ਆਪਣਾ ਏ ਰਾਹ ਮੱਚੇ ਲੋਕ ਕਾਮਯਾਬੀ ਦੀਆਂ ਆਉਣ ਡੋਲੀਆਂ ਪੈਰ ਖੱਟ ਜੱਟਾਂ ਨਾਲ ਭੱਜ ਨਹੀਂ ਹੋਣਾ ਅਸੀਂ ਪਤਲ ਨਾ ਕਈਆਂ ਦੀਆਂ ਹਿੱਕਾਂ ਖੋਲੀਆਂ ਉਹਦੀ ਅੱਜ ਮੈਂ ਤੁਹਾਨੂੰ ਕੋਰੀਓਗ੍ਰਾਫੀ ਸਿਖਾਉਣ ਲੱਗੀ ਹਾਂ ਸਿਰਫ 20 ਸੈਕਿੰਡ ਦੀ ਕੋਰੀਓ ਆ 5 ਮਿੰਟ ਲੱਗਣੇ ਆ ਆਪਾਂ ਨੂੰ ਆ ਜਾਓ ਤੇ ਸਿੱਖੀਏ ਹਾਂਜੀ ਜਿਹੜਾ ਪਹਿਲਾ ਸਟੈਪ ਆਪਾਂ ਕਰਾਂਗੇ ਉਹ ਸ਼ੁਰੂ ਹੁੰਦਾ ਹੈ ਇਸ ਲਾਈਨ ਤੋਂ ਚੜਦਾ ਗਰਾਫ ਸਿਖਰਾਂ ਦੇ ਵੱਲ ਠੀਕ ਹੈ ਇਹ ਜੇ ਆਪਾਂ ਚਾਰ ਸਟੈਪ ਅੱਗੇ ਨੂੰ ਲੈਣੇ ਆ ਪਹਿਲਾਂ ਆਪਾਂ ਲੋਅਰ ਬੋਡੀ ਦਾ ਸਿੱਖਦੇ ਹਾਂ ਬਸ ਤੁਸੀਂ ਇਦਾਂ ਜਾਣਾ 1 2 3 4 ਪਰ ਸਿਰ ਸਿੱਧਾ ਅੱਗੇ ਨਹੀਂ ਜਾਣਾ ਨਾਲ ਹਿੱਪ ਵੀ ਰੋਟੇਟ ਕਰਨੇ ਆ ਆਪਾਂ ਠੀਕ ਹੈ 1 2 3 4 ਬਸ ਇੰਨੀ ਹੈ ਇੰਨੀ ਗੱਲ ਆ ਚਾਰ ਸਟੈਪ ਆਪਾਂ ਲੈ ਲਏ ਹੱਥਾਂ ਦਾ ਆਪਾਂ ਕੀ ਕਰਨਾ ਹੈ ਹੱਥ ਆਪਾਂ ਥੱਲਿਓ ਉੱਪਰ ਲੈ ਕੇ ਜਾਣੇ ਜਦੋਂ ਆਪਾਂ ਅੱਗੇ ਮੂਵ ਕਰ ਰਹੇ ਹਾਂ ਨਾਲ ਹੱਥ ਵੀ ਥੱਲਿਓ ਉੱਪਰ ਜਾਂਦੇ ਨੇ ਸੋ 1 2 3 4 ਜਦੋਂ ਤੁਸੀਂ ਇੱਥੇ ਪਹੁੰਚ ਗਏ ਚਾਰ ਸਟੈਪ ਲੈ ਲਏ ਫਿਰ ਦੋ ਵਾਰੀ ਉੱਪਰ ਵੇਦਾਂ ਰੇਜ਼ ਰੂਲ ਦੈਟਸ ਇਟ ਚਲ ਇਹ ਵਾਲਾ ਸਟੈਪ ਆਪਾਂ ਸ਼ੁਰੂ ਤੇ ਕਰੀ ਦੇਖਦੇ ਹਾਂ ਚੜਦਾ ਗਰਾਫ ਸਿੱਖਦਾ ਦੇ ਵੱਲ ਨਹੀਂ ਦੈਟਸ ਇਟ ਹਾਂਜੀ ਫਿਰ ਅਗਲਾ ਸਟੈਪ ਹੈ ਆਪਣਾ ਇੱਥੋਂ ਤੁਸੀਂ ਇੱਥੇ ਖਤਮ ਕੀਤਾ ਫਿਰ ਤੁਸੀਂ ਲੈਫਟ ਲੈਗ ਤਾਂ ਡੀ ਪਹਿਲਾਂ ਬਾਹਰ ਜਾਊਗੀ ਖੱਬੀ ਬਾਹਰ ਦੀ ਵਾਪਸ ਆਊਗੀ ਸੱਜੀ ਬਾਹਰ ਜਾਊਗੀ ਵਾਪਸ ਆਊਗੀ ਬਹੁਤ ਹੀ ਸਿੰਪਲ ਸਟੈਪ ਆ ਪਰ ਤੇਜ਼ ਕਰਨਾ ਪੈਣਾ ਕਿਉਂਕਿ ਗਾਣਾ ਤੇਜ਼ ਹੈ ਤੇ ਜਦੋਂ ਤੁਹਾਡੀ ਖੱਬੀ ਬਾਹਰ ਜਾਂਦੀ ਆ ਸੇਮ ਤੁਹਾਡਾ ਹੱਥ ਇੱਦਾਂ ਠੋਡੀ ਤੇ ਫਿਰ ਦੂਜਾ ਹੱਥ ਠੋਡੀ ਠੀਕ ਹੈ ਚਲੋ ਇੱਕ ਵਾਰੀ ਲੈਟਸ ਟੇਕ ਇਟ ਫਰਮ ਦ ਟਾਪ 1 2 3 4 1 2 ਓਕੇ ਜੀ ਚਲੋ ਹੁਣ ਆਪਾਂ ਅਗਲਾ ਸਟੈਪ ਸਿੱਖਦੇ ਹਾਂ ਇਸ ਤੋਂ ਬਾਅਦ ਹੁਣ ਆ ਵਾਲਾ ਸਟੈਪ ਤੁਸੀਂ ਜਦੋਂ ਕਰ ਲਿਆ ਫਿਰ ਸੱਜੀ ਲੱਤ ਤੁਸੀਂ ਬਸ ਖੱਬੀ ਦੇ ਅੱਗੇ ਲੈ ਕੇ ਆਉਣੀ ਆ ਪਰ ਥੋੜਾ ਜੰਪ ਕਰਕੇ ਥੋੜਾ ਹੌਪ ਕਰਕੇ ਠੀਕ ਹੈ ਉਹਨੂੰ ਅੱਗੇ ਲੈ ਕੇ ਆਉਣਾ ਖੱਬੀ ਨੂੰ ਪਿੱਛੇ ਲੈ ਕੇ ਆਉਣਾ ਪਰ ਹੌਪ ਕਰਕੇ ਸਿਰਫ ਇਦਾਂ ਨਹੀਂ ਥੋੜਾ ਜਿਹਾ ਜੰਪ ਲੈ ਕੇ ਤੇ ਦੂਜੀ ਨੂੰ ਫਿਰ ਸਲਾਈਡ ਕਰਨਾ ਉਹਦੇ ਲਾਗੇ ਖੱਬੀ ਨੂੰ ਸੱਜੀ ਦੇ ਲਾਗੇ ਲੈ ਕੇ ਆਉਣਾ ਸਲਾਈਡ ਕਰਕੇ ਇੱਕ ਵਾਰੀ ਸ਼ੁਰੂ ਤੋਂ ਦੇਖਦੇ ਹਾਂ 1 2 3 4 5 6 7 8 ਓਕੇ ਜੀ ਉਸ ਤੋਂ ਬਾਅਦ ਆਪਣਾ ਸਟੈਪ ਬਹੁਤ ਹੀ ਪ੍ਰੋਪਰਲੀ ਸਭ ਤੋਂ ਸੌਖਾ ਸਟੈਪ ਹੈ ਆਪਣੀ ਬੋਡੀ ਦਾ ਉਹ ਚ ਤੁਸੀਂ ਲੱਤਾਂ ਦਾ ਸਿਰਫ ਇਦਾਂ ਸਾਈਡ ਟੂ ਸਾਈਡ ਜਾਣਾ ਹੈ ਦੋ ਕਾਉਂਟਸ ਤੇ ਸੋ 1 2 3 4 ਇੱਕ ਵਾਰੀ ਹੋਰ 1 2 3 4 ਵੱਡਾ ਸਟੈਪ ਲੈ ਸਕਦੇ ਹੋ ਛੋਟਾ ਲੈ ਸਕਦੇ ਹੋ ਜਿੱਦਾਂ ਤੁਹਾਨੂੰ ਠੀਕ ਲੱਗਦਾ ਪਰ 뮤직 ਫਾਸਟ ਹੈ ਛੋਟਾ ਹੀ ਲਿਆ ਜਾਂਦਾ ਹੈ ਨਾਲ ਤੁਸੀਂ ਬਾਹਾਂ ਨਾਲ ਕੀ ਕਰਨਾ ਉਹ ਆਪਾਂ ਸਟੈਪ ਪਹਿਲੀ ਲਾਈਨ ਆਉਂਦੀ ਆ ਕੱਢਣਗੇ ਗਾਲਾਂ ਉਹ ਚ ਆਪਾਂ ਮੋਢੇ ਤੋਂ ਮਿੱਟੀ ਝਾੜਨੀ ਬਸ ਕਿ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਕੱਢੀ ਜਾਓ ਗਾਲਾਂ ਸੋ ਕੱਢਣਗੇ ਗਾਲਾਂ ਨਾਲੇ ਲਾਉਣਗੇ ਸਕੀਮਾਂ ਸਕੀਮ ਇਦਾਂ ਲੈਂਦੀ ਨੇ ਉਹਨੂੰ ਥੋੜ੍ਹਾ ਐਗਜੈਜਰੇਟ ਕਰੋ ਤੇ ਥੋੜ੍ਹਾ ਜਿਹਾ ਥੱਲੇ ਝੁੱਕ ਵੀ ਸਕਦੇ ਹੋ ਠੀਕ ਹੈ ਇੱਕ ਵਾਰੀ ਆਪਾਂ ਫਿਰ ਕਰਕੇ ਦੇਖਦੇ ਹਾਂ ਕੱਢਣਗੇ ਗਾਲਾਂ ਨਾਲੇ ਲਾਉਣਗੇ ਸਕੀਮਾਂ ਇੱਥੇ ਆਪਾਂ ਆਹ ਵਾਲਾ ਸਟੈਪ ਖਤਮ ਕੀਤਾ ਫਿਰ ਤੁਹਾਡੀ ਖੱਬੀ ਲੱਤ ਜਿਹੜੀ ਹੈ ਉਹ ਸਾਹਮਣੇ ਵੱਲ ਨੂੰ ਜਾਣੀ ਹੈ ਬਿਲਕੁਲ ਸਿੱਧੀ ਬਾਡੀ ਪਰ ਟਿਲਟ ਕਰਕੇ ਸੋ 1 2 3 ਤੇ ਫਿਰ ਵਾਪਸ ਇਹ ਆਪਾਂ ਵੇਵ ਵਾਲਾ ਸਟੈਪ ਕਰ ਰਹੇ ਹਾਂ ਉਹਨਾਂ ਨੂੰ ਤੁਹਾਨੂੰ ਸਿਰਫ ਲੋਅਰ ਬਾਡੀ ਦਾ ਦੱਸਣੀ ਹੈ ਪਹਿਲਾਂ 1 2 3 ਤੇ ਬੈਕ ਪਰ ਓਬਵੀਅਸਲੀ ਤੁਸੀਂ ਇਕੱਲੀ ਲੱਤਾਂ ਨਾਲ ਵੇਵ ਨਹੀਂ ਬਣਾ ਸਕਦੇ ਵੇਵ ਤੇ ਆਪਾਂ ਬਾਡੀ ਤੋਂ ਹੀ ਬਣਦੀ ਹੈ ਰਾਈਟ ਸੋ ਉਹ ਵੇਵ ਕਿੱਦਾਂ ਬਣਦੀ ਹੈ ਇੱਕ ਸਾਈਡ ਨੂੰ ਬਸ ਇਦਾਂ ਬਾਹਰ ਤੁਸੀਂ ਬਾਹਰ ਕੱਢਣੀ ਇਹ ਤੁਸੀਂ ਜ਼ਿਆਦਾ ਐਗਜੈਜਰੇਟ ਕਰ ਸਕਦੇ ਹੋ ਘੱਟ ਕਰ ਸਕਦੇ ਹੋ ਜਿੱਦਾਂ ਤੁਹਾਨੂੰ ਠੀਕ ਲੱਗਦਾ ਠੀਕ ਹੈ ਸੋ 1 ਇਹ ਮੇਰੀ ਜਿਹੜੀ ਬਾਹਰ ਅੱਗੇ ਜਾ ਰਹੀ ਹੈ ਸੋਰੀ ਜਿਹੜੀ ਲੱਤ ਅੱਗੇ ਜਾ ਰਹੀ ਹੈ ਸੇਮ ਹੀ ਬਾਹਰ ਵੇਵ ਅੱਗੇ ਜਾ ਰਹੀ ਹੈ ਸੋ 1 2 3 ਬੈਕ ਇੱਕ ਵਾਰੀ ਸ਼ੁਰੂ ਤੋਂ ਦੇਖੀਏ ਕਿੱਦਾਂ ਸੀ 2 3 4 5 6 7 8 9 1 2 3 4 5 6 7 8 ਓਕੇ ਜੀ ਅਗਲਾ ਸਟੈਪ ਬਸ ਆਪਣੀ ਮੁੱਕ ਚਲੀਏ ਥੋੜੀ ਹੋ ਅਗਲਾ ਸਟੈਪ ਉਹ ਸਾਰਾ ਬੈਲੈਂਸ ਦਾ ਹੈ ਵੈਸੇ ਔਖਾ ਨਹੀਂ ਹੈ ਉਹ ਤੁਹਾਡੀ
ਜਿਹੜੀ ਹੁਣ ਆਲਰੇਡੀ ਜੋ ਤੁਸੀਂ ਵੇਵ ਖਤਮ ਕੀਤੀ ਆ ਤੁਸੀਂ ਇਦਾਂ ਸਾਹਮਣੇ ਨੂੰ ਆ ਕੇ ਸੌਟ ਆਫ ਖਲੋਤੇ ਹੋ ਥੋੜੀ ਜਿਹੀ ਬਾਡੀ ਟਿਲਟ ਕਰਨੀ ਆ ਸਾਈਡ ਤੇ ਤੇ ਹੁਣ ਤੁਹਾਡੀ ਜਿਹੜੀ ਖੱਬੀ ਲੱਤ ਆ ਨਾ ਇਹਨੇ ਹੁਣ ਸੱਜੀ ਲੱਗ ਕੇ ਤੁਹਾਨੂੰ ਬੈਲੈਂਸ ਕਰ ਰਹੀ ਹੈ ਸਾਰਾ ਕੰਮ ਸੱਜੀ ਦਾ ਆ ਜੇ ਸੱਜੀ ਬੈਲੈਂਸ ਨਹੀਂ ਕਰ ਸਕਦੀ ਤਾਂ ਖੱਬੀ ਤੋਂ ਕੁਛ ਨਹੀਂ ਹੋਣਾ ਸੋ ਬੈਲੈਂਸ ਮੇਨਟੇਨ ਬਣਾ ਕੇ ਰੱਖਣਾ ਆਪਣੀ ਸੱਜੀ ਸੱਜੀ ਲੱਤ ਤੇ ਲੈਫਟ ਤੁਹਾਡੀ ਉੱਪਰ ਜਾਊਗੀ ਕਿੱਕ ਕਰੂਗੀ ਸੋ ਇੱਕ ਵਾਰੀ ਅੱਗੇ ਵਨ ਇੱਕ ਵਾਰੀ ਪਿੱਛੇ ਟੂ ਬੋਡੀ ਟਿਲਟ ਕਰ ਸਕਦੇ ਤੁਸੀਂ ਬੈਲੈਂਸ ਮੇਨਟੇਨ ਕਰਨ ਲਈ ਸਿੱਧੀ ਰੱਖਣੀ ਚਾਹੁੰਦੇ ਸਿੱਧੀ ਰੱਖ ਸਕਦੇ ਹੋ ਵਨ ਟੂ ਥ੍ਰੀ ਫੋਰ ਫਾਈਵ ਇੱਕ ਵਾਰੀ ਫਿਰ ਅੱਗੇ ਪਿੱਛੇ ਦੋ ਵਾਰੀ ਫਿਰ ਪਿੱਛੇ ਠੀਕ ਹੈ ਸੋ ਇਹ ਤੁਸੀਂ ਹਜੇ ਇੱਥੇ ਮੁੱਕਿਆ ਨਹੀਂ ਔਖਾ ਕੰਮ ਇਹਨੂੰ ਪਿੱਛੇ ਕਿੱਕ ਕੀਤਾ ਫਿਰ ਇਹੀ ਲੱਤ ਖੱਬੀ ਆਪਾਂ ਐ ਕਰਕੇ ਲੈ ਕੇ ਆਉਣੀ ਆ ਅੱਗੇ ਵੱਲ ਅੱਗੇ ਲੈ ਕੇ ਆਏ ਤੇ ਫਿਰ ਸਵਿਚ ਕੀਤਾ ਦੋ ਲੱਤਾਂ ਇੱਕ ਵਾਰੀ ਫਿਰ ਦੇਖ ਲਓ ਵਨ ਟੂ ਥ੍ਰੀ ਫੋਰ ਫਾਈਵ ਸਿਕਸ ਸੈਵਨ ਏਟ ਨਾਈਨ ਆਪਣਾ ਸਟੈਪ ਜਿਹੜਾ ਹੈ ਇੱਕ ਵਾਰੀ ਦੁਬਾਰਾ ਦੇਖ ਲਓ ਐਂਡ ਵਾਲਾ ਸੋ ਖੱਬੀ ਲੱਤ ਜਿਹੜੀ ਆਲਰੇਡੀ ਪਿੱਛੇ ਕਿੱਕ ਕਰਨੀ ਸੀ ਉਹ ਆਊਗੀ ਅੱਗੇ ਤੇ ਰਾਈਟ ਜਿਹੜੀ ਹੈ ਫਿਰ ਕਰੂਗੀ ਬਾਰਾਂ ਨੂੰ ਫਿਰ ਆਪਾਂ ਆਲਟਰਨੇਟ ਕਰਾਂਗੇ ਠੀਕ ਹੈ ਇੱਕ ਵਾਰੀ ਆਪਾਂ ਪੂਰਾ ਆਵਲਾ ਦੇਖਦੇ ਹਾਂ ਵਨ ਟੂ ਥ੍ਰੀ ਫੋਰ ਫਾਈਵ ਸਿਕਸ ਸੈਵਨ ਏਟ ਨਾਈਨ ਇਹ ਸੀ ਆਪਣਾ ਆਲਮੋਸਟ ਅਖੀਰਲਾ ਸਟੈਪ ਔਖਾ ਵਾਲਾ ਸਟੈਪ ਹੁਣ ਆਪਾਂ ਲਾਸਟ ਵਾਲਾ ਸਟੈਪ ਸਿੱਖ ਲਈਏ ਬਸ ਬਸ ਹੁਣ ਐਂਡ ਹੋ ਚੁੱਕੀ ਆਪਣੀ ਕੋਰੀਓ ਆਲਮੋਸਟ ਇੱਕ ਦੋ ਸਟੈਪ ਰਹਿ ਗਏ ਬਸ ਉਹਦੇ ਵਿੱਚ ਇੱਕਦਮ ਆਲਰੇਡੀ ਆਉਂਦਾ ਸੋ ਐਂਡ ਚ ਆਪਾਂ ਇਹ ਕੋਰੀਓ ਲਰਨ ਕਰਾਂਗੇ ਡਲੀ ਦੇ ਨਾਲ ਉਹ ਤੁਸੀਂ ਟਿਕਟੋਕ ਤੇ ਰੀਲਸ ਤੇ ਬੜੀਆਂ ਥਾਵਾਂ ਤੇ ਦੇਖਿਆ ਹੋਣਾ ਸਟੈਪ ਬਹੁਤ ਹੀ ਕੂਲ ਸਟੈਪ ਆ ਉਹ ਸਿਰਫ ਇੱਕ ਲੱਤ ਹੈ ਬਾਹਰ ਜਾਂਦੀ ਹੈ ਬੋਡੀ ਸਾਈਡ ਨੂੰ ਟਿਲਟ ਕਰਦੇ ਹਾਂ ਆਪਾਂ ਨਾਲ ਆਪਾਂ ਸ਼ੋਲਡਰ ਵੀ ਪੂਰਾ ਵਿੱਚ ਇਨਵੋਲਵ ਕਰਦੇ ਹਾਂ ਸੋ ਵਨ ਟੂ ਥ੍ਰੀ ਫੋਰ ਇਹ ਆਪਣਾ ਸੈਕਿੰਡ ਲਾਸਟ ਸਟੈਪ ਹੈ ਇੱਕ ਵਾਰੀ ਫਿਰ ਵਨ ਟੂ ਥ੍ਰੀ ਫੋਰ ਇਹ ਸਾਰੇ ਆਪਣੇ ਆਪਣੇ ਸਟਾਈਲ ਨਾਲ ਕਰਦੇ ਨੇ ਸਟੈਪ ਤੁਸੀਂ ਵੀ ਆਪਣੇ ਸਟਾਈਲ ਨਾਲ ਕਰ ਸਕਦੇ ਹੋ ਤੁਸੀਂ ਜ਼ਿਆਦਾ ਸਾਈਡ ਟੂ ਸਾਈਡ ਐਕਸ਼ਨ ਪਾ ਸਕਦੇ ਹੋ ਜਿੱਦਾਂ ਤੁਹਾਨੂੰ ਠੀਕ ਲੱਗਦਾ ਇਹ ਸਟੈਪ ਕਰਨ ਤੋਂ ਬਾਅਦ ਪ੍ਰੀਟੀ ਮੱਚ ਆਪਣੀ ਮੋਗੀ ਕਰਿਓ ਵਨ ਟੂ ਥ੍ਰੀ ਫੋਰ ਫਿਰ ਤੁਸੀਂ ਰਾਈਟ ਜਿਹੜੀ ਤੁਹਾਡੀ ਲੱਤ ਆ ਉਹਨੂੰ ਖੱਬੀ ਦੇ ਅੱਗੇ ਲੈ ਕੇ ਆਉਣਾ ਸੋ ਅੱਗੇ ਲੈ ਕੇ ਆਏ ਸਾਈਡ ਤੇ ਲੈ ਕੇ ਆਏ ਦੋ ਵਾਰੀ ਟੈਪ ਕੀਤਾ ਫਿਰ ਪੁਰਾਣਾ ਵਾਲਾ ਸਟੈਪ ਕੀਤਾ ਇੱਕ ਵਾਰੀ ਫਿਰ ਵਨ ਟੂ ਥ੍ਰੀ ਫੋਰ ਫਾਈਵ ਸਿਕਸ ਸੈਵਨ ਏਟ ਸਲਾਈਡ ਇੱਕ ਵਾਰੀ ਫਿਰ ਤੋਂ ਕਾਫੀ ਐਲੀਮੈਂਟਸ ਨੇ ਇਹਦੇ ਵਿੱਚ ਇੱਕ ਵਾਰੀ ਫਿਰ ਤੋਂ ਦੇਖ ਲਓ ਵਨ ਟੂ ਥ੍ਰੀ ਫੋਰ ਫਾਈਵ ਸਿਕਸ ਸੈਵਨ ਏਟ ਸਲਾਈਡ ਐਂਡ ਦੈਟਸ ਇਟ ਇੱਕ ਵਾਰੀ ਚਲੋ ਫਾਈਨਲ ਪੂਰੀ ਇੱਕ ਵਾਰੀ ਆਪਾਂ ਕੋਰੀਓ ਦੇਖ ਲੈਂਦੇ ਹਾਂ ਲੈਟਸ ਡੂ ਇਟ ਹੋ ਚੜਦਾ ਗਰਾਵ ਸਿਖਰਾਂ ਦੇ ਵੱਲ ਨੂੰ ਵੇਖ ਵੇਖ ਦੁਨੀਆ ਨਾਲ ਆਉਣੀ ਕੱਟਣਗੇ ਗਾਲਾਂ ਕਈ ਲਾਉਣਗੇ ਸਕੀਮਾਂ ਪਰ ਸਾਡੇ ਆਲੀ ਵੇਵ ਤੇਥੋਂ ਰਾਈਡ ਨਹੀਂ ਹੋਣੀ ਸਾਨੂੰ ਕਿਸੇ ਦਾ ਨਹੀਂ ਭਾ ਸਾਡਾ ਆਪਣਾ ਏ ਰਾਹ ਮੱਚੇ ਲੋਕ ਕਾਮਯਾਬੀ ਦੀਆਂ ਆਉਣ ਡੋਲੀਆਂ ਪੈਰ ਖੱਟ ਜੱਟਾਂ ਨਾਲ ਭੱਜਣੀ ਹੋਣਾ ਅਸੀਂ ਪੱਤਲ ਨਾ ਕਈਆਂ ਦੀਆਂ ਹੱਕਾਂ ਖੋਲੀਆਂ ਵੈਰ ਬਾਕੀ ਨਹੀਂ ਆਸੀ ਇਹ ਸੀ ਕੋਰੀਓ ਹੈਸ਼ਟੈਗ ਮਜੈਲ ਚੈਲੰਜ ਦੀ ਜੇ ਤੁਹਾਨੂੰ ਇਸ ਚੈਲੰਜ ਬਾਰੇ ਪਤਾ ਨਹੀਂ ਹੈ ਇਹਦਾ ਮਤਲਬ ਇਹ ਹੈ ਕਿ ਤੁਸੀਂ ਸਾਨੂੰ ਟਿਕਟੋਕ ਤੇ ਰੀਲਸ ਤੇ ਇੰਸਟਾਗ੍ਰਾਮ ਤੇ ਫੋਲੋ ਨਹੀਂ ਕਰ ਰਹੇ ਮੈਨੂੰ ਤੇ ਮੇਰੇ ਬ੍ਰਦਰ ਨੂੰ ਹੁਣੇ ਜਾ ਕੇ ਫੋਲੋ ਕਰੋ ਐਟ ਪੰਗਲਾਦੇਸ਼ਸ ਤੇ ਐਟ ਸਵਰਨਦੀਪ.ਕੇ ਮਿਲਦੇ ਆਪਾਂ ਅਗਲੀ ਵਾਰੀ